ਸਾਹਿਬ। ਹਾਂ ਕੀ ਏ? ਅੱਜ ਤੁਹਾਡੀਆਂ ਅੱਖਾਂ ਲਾਲ ਨਜ਼ਰ ਆਉਂਦੀਆਂ। ਔਰ ਰਾਣਿਆਂ ਦੀ ਹਮੇਸ਼ਾ ਅੱਖਾਂ ਲਾਲ ਹੀ ਰਹਿੰਦੀਆਂ ਨੇ। ਓਏ ਓਏ, ਤੂੰ ਮਲਕ ਨੂੰ ਥੱਪ ਕਿਉਂ ਮਾਰੀ ਹੈ? ਤੂੰ ਕੀ ਕਰਨਾ ਮੇਰਾ ਦੱਸ। ਓਏ ਮੈਂ ਹੁਣ ਤੈਨੂੰ ਇਨਸਾਫ ਕਰਨ ਕਿਤੇ ਮਲਕ ਮਿੱਠੇ ਕੋਲ ਲੈ ਵੈਣਾ। ਚੰਨ ਬਸ ਦੇਖ ਲੈਣਾ ਤੇਰੇ ਮਿੱਠੇ ਨੂੰ ਤੇ ਤੈਨੂੰ ਵੀ। ਓ ਇਸ ਇਲਾਕੇ ਦਾ ਬਦਮਾਸ਼ ਹੈ। ਬਦਮਾਸ਼ ਆਪਣੀ ਜਗ੍ਹਾ ਤੇ ਹੋਸੀ। ਚੱਲ ਆ ਰਾਣੇ ਦੇ ਵਿੱਚ ਕੀ ਕਰਦਾ ਰਾਣੇ? ਚੱਲ ਆ ਤੂੰ, ਚੱਲ ਫੇਰ ਮਲਕ ਨੂੰ ਥੱਪ ਮਾਰੀਏ। ਓ ਫੌਤ ਹੋ ਗਿਆ। ਅਸੀਂ ਕੌਣ, ਕੀ ਕੰਮ ਹੈ? ਚੌਧਰੀ ਮਿੱਠਾ ਹੈ ਘਰ? ਜੀ ਬੇਟੇ ਖੈਰ ਹੈ? ਉਹ ਕੌਣ ਮਲਕ ਤੋਂ ਬਾਹਰ ਆਏ ਫੈਸਲਾ ਕਰਾਉਣਾ। ਠੀਕ ਹੈ, ਪੁੱਛੇ ਨਾ। ਠੀਕ ਹੈ ਚੌਧਰੀ ਸਾਹਿਬ। ਜੀ ਜੀ ਮਲਕ ਸਾਹਿਬ ਆਏ ਖੜੇ ਨੇ। ਕਿਆ ਦਿਨ, ਸਦੋ ਪੁੱਛੋ, ਇਨਸਾਫ ਕਰਾਉਣ ਆ ਗਏ। ਸਦੋ ਉਹਨੂੰ ਕਿਆ ਬਿਮਾਰੀ ਪੈ ਗਈ, ਮੌਤ ਪੈ ਗਈ ਨੇ ਹੁਣ? ਠੀਕ ਹੈ ਮੈਂ ਸਹੀ ਆਉਂਦਾ। ਚਲੋ ਸਦੋ ਉਹਨਾਂ ਨੂੰ। ਓ ਮਲਕ ਸਾਹਿਬ, ਚਲੋ ਉਸ ਕਹਿੰਦੇ ਆਹੋ ਨਾ ਤੂੰ ਸਾਡੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਮਲਕ ਸਾਹਿਬ ਕੀ ਮੁਸੀਬਤ ਪੈ ਗਈ ਹੈ? ਕੀ ਹਾਲ ਹੈ? ਠੀਕ ਹੋ ਤੇ ਪਿਆ ਸਿਆ? ਠੀਕ ਹੈ, ਅੱਲਾ ਦਾ ਸ਼ੁਕਰ ਹੈ। ਤੁਸਾਂ ਸੁਣਾਓ, ਕੀ ਮੁਸੀਬਤ ਪੈ ਗਈ ਤੁਹਾਨੂੰ? ਬਾਰੇ ਨਾ ਇਨਸਾਫੀ ਤੇ ਤੁਸਾਂ ਫੈਸਲਾ ਕਰਨਾ ਚਾਹੁੰਦੇ। ਦੱਸੋ ਦੱਸੋ ਕੀ ਹੈ? ਚੌਧਰੀ ਸਾਹਿਬ। ਹਾਂਜੀ। ਤੁਹਾਡੇ ਇਲਾਕੇ ਜਾ ਕੇ ਤੇ ਬੰਦੇ ਬਦਮਾਸ਼ੀਆਂ ਕਰਨ, ਇਹ ਕਿੱਥੋਂ ਦਾ ਕਾਨੂੰਨ ਹੈ? ਓਏ ਚੌਧਰੀ ਮਿੱਠੇ ਦੇ ਇਲਾਕੇ ਵਿੱਚ ਬਦਮਾਸ਼ੀ ਤੇ ਨਾ ਇਨਸਾਫੀ ਨਹੀਂ ਚੱਲਣੀ। ਓਏ ਚੌਧਰੀ ਮਿੱਠੇ ਦੇ ਇਲਾਕੇ ਵਿੱਚ ਥੱਪ ਦੇ ਬਦਲੇ ਥੱਪ, ਬਾਹ ਦੇ ਬਦਲੇ ਬਾਹ, ਲੱਤ ਦੇ ਬਦਲੇ ਲੱਤ। ਚੌਧਰੀ ਸਾਹਿਬ ਹੁਣ ਫੈਸਲਾ ਕਰੋ ਨਾ। ਜੀ ਦੱਸੋ ਕੀ ਫੈਸਲਾ ਕਰਦਾ ਚੌਧਰੀ ਸਾਹਿਬ ਨੇ? ਇਸ ਮੈਨੂੰ ਥੱਪ ਮਾਰੀਏ ਪਹਿਲਾ ਵਜਾ। ਥੱਪ ਮਾਰੀਏ ਇਸ ਥੱਪ ਦੇ ਬਦਲੇ ਇਹਨਾਂ ਨੂੰ ਇੱਕ ਥੱਪ ਲੱਗ ਸੀ ਜਾਂ ਇਹਨਾਂ ਨੂੰ ਜੁਰਮਾਨਾ 100 ਰੁਪਇਆ ਹੋ ਸੀ? ਔਰ ਤੂੰ ਚੌਧਰੀ ਬਾਰੀਆਂ ਗੱਲਾਂ ਨਾ ਕਰ, ਤੈਨੂੰ ਮੈਂ ਪੈਸੇ ਦੇ ਦੇਵਾਂਗਾ। ਥੱਪ ਦੇ ਬਦਲੇ ਥੱਪ ਦੇਣਾ, ਦਿਓ 100 ਰੁਪਇਆ ਇਹਨੂੰ। ਕੀ ਹੋਇਆ ਜਿਹੜਾ ਨੇ ਕੋਈ ਪੈਸੇ ਨਹੀਂ ਹੁੰਦੇ? ਕੋਈ ਨਹੀਂ ਪੈਸੇ, ਹੁਣ ਮੈਂ ਥੱਪ ਥੱਪ ਮਾਰ ਦਿਓ ਇਹਨੂੰ। ਚੌਧਰੀ ਸਾਹਿਬ ਚੌਧਰੀ ਸਾਹਿਬ